ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 10th ਕਲਾਸ ਦੀ ਇੰਗਲਿਸ਼ ਦੀ ਗ੍ਰਾਮਰ ਦੀ ਬੁੱਕ ਦਾ ਚੈਪਟਰ ਨੰਬਰ 1 ਤੇ ਉਸ ਦਾ ਸੈਕਸ਼ਨ ਨੰਬਰ 1.2 ਪ੍ਰੈਪੋਜੀਸ਼ਨਸ ਉਸ ਦੀਆਂ ਅਗਲੀਆਂ ਤਿੰਨ ਐਕਸਰਸਾਈਜ਼ਸ 4 5 ਐਂਡ 6 ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ ਸੋ ਤੁਸੀਂ ਨੋਟਬੁੱਕ ਲੈ ਕੇ ਸਾਰੇ ਆਨਸਰਸ ਨੂੰ ਕਾਪੀ ਡਾਊਨ ਕਰ ਲਓ ਪਰ ਬਾਅਦ ਵਿੱਚ ਉਹ ਇਹ ਸਾਰੀ ਐਕਸਰਸਾਈਜ਼ ਦੇ ਫਿਲ ਇਨ ਦੀ ਬਲੈਂਕਸ ਤੁਸੀਂ ਆਪ ਬਿਨਾਂ ਦੇਖੇ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਤੇ ਇਸੇ ਚੈਨਲ ਦੇ ਉੱਤੇ 10th ਕਲਾਸ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਤੁਸੀਂ ਉਹਨਾਂ ਦਾ ਲਾਹਾ ਵੀ ਲੈ ਸਕਦੇ ਹੋ ਜਿਵੇਂ ਕਿ 10th ਇੰਗਲਿਸ਼ ਮੇਨ ਕੋਰਸ ਬੁੱਕ ਦੂਜੀ ਹੈ ਕਿ 10th ਸਾਇੰਸ ਤੀਜੀ ਹੈ ਕਿ 10th ਮੈਥ ਚੌਥੀ ਹੈ ਕਿ 10th ਮੈਥ ਨੋਟਸ ਤੇ ਪੰਜਵੀਂ ਹੈਗੀ ਹੈ 10th ਮੈਥ ਐਕਸਟਰਾ ਕੁਐਸਚਨਸ ਸੋ ਆਓ ਸ਼ੁਰੂ ਕਰੀਏ ਐਵਰੀ ਐਕਸਰਸਾਈਜ਼ਸ ਸੋ ਫਿਲ ਇਨ ਦੀ ਬਲੈਂਕਸ ਵਿਦ ਸੂਟੇਬਲ ਪ੍ਰੇਪੋਜੀਸ਼ਨਸ ਐਕਸਰਸਾਈਜ਼ 4 ਸੋ ਫਿਲ ਇਨ ਦੀ ਬਲੈਂਕਸ ਜਿੱਥੇ ਹੈਗੇ ਨੇ ਉਹ ਅੰਡਰਲਾਈਨ ਮੈਂ ਕਰ ਦਿੱਤਾ ਹੈ ਇਟ ਇਜ਼ ਇਨ ਦੀ ਵੈਰੀ ਨੇਚਰ ਆਫ ਐਡਵਰਸਿਟੀ ਐਡਵਰਸਿਟੀ ਹੁੰਦੀ ਹੈ ਔਖਾ ਵਿਲਾ ਮੁਸੀਬਤ ਵਿਪਦ ਠੀਕ ਹੈ ਕਹਿੰਦੇ ਇਹ ਵਿਪਦਾਂ ਦੀ ਇੱਕ ਉਹਦਾ ਨੇਚਰ ਹੈ ਵਿਪਤਾ ਦੀ ਬਿਰਤੀ ਹੈ ਇਟ ਇਜ਼ ਇਨ ਦੀ ਨੇਚਰ ਵੈਰੀ ਨੇਚਰ ਆਫ ਐਡਵਰਸਿਟੀ ਟੂ ਬ੍ਰਿੰਗ ਆਊਟ ਦੀ ਬੈਸਟ ਇਨ ਮੈਨ ਕੀ ਹੈ ਮਨੁੱਖ ਦੇ ਵਿੱਚ ਜਿਹੜਾ ਉਹਦਾ ਸਭ ਤੋਂ ਵਧੀਆ ਰੂਪ ਹੈ ਉਹਨੂੰ ਬਾਹਰ ਉਜਾਗਰ ਕਰ ਦਿੰਦੀ ਹੈ ਉਦੋਂ ਫੇ ਬੰਦੇ ਦੀ ਜਿਹੜੀ ਹੈ ਜਦੋਂ ਉਹ ਤੇ ਸਿਰ ਤੇ ਪਿੰਦੀ ਹੈ ਤੇ ਬੰਦਾ ਪੂਰੀ ਵਾਹ ਲਾਂਦਾ ਹੈ ਪੂਰਾ ਦਿਮਾਗ ਵਰਤਦਾ ਹੈ ਹੱਥ ਪੈਰ ਵਰਤਦਾ ਹੈ ਪੂਰੇ ਜਜ਼ਬੇ ਨਾਲ ਕੰਮ ਕਰਦਾ ਹੈ ਤੇ ਆਮ ਜਿਹੜਾ ਢਿੱਲਾ ਮੱਠਾ ਹੁੰਦਾ ਹੈ ਸਾਰਾ ਕੁਝ ਠੀਕ ਠਾਕ ਚੱਲਦਾ ਹੈ ਤੇ ਬੰਦਾ ਆਲਸੀ ਹੋ ਜਾਂਦਾ ਹੈ ਅਵੇਸਲਾ ਹੋ ਜਾਂਦਾ ਹੈ ਸੋ ਜਦੋਂ ਔਖਾ ਵੇਲਾ ਆਉਂਦਾ ਹੈ ਤੇ ਉਸ ਵੇਲੇ ਬੰਦੇ ਦਾ ਜਿਹੜਾ ਸਭ ਤੋਂ ਵਧੀਆ ਰੂਪ ਹੈ ਉਹ ਫਿਰ ਉਹਦਾ ਦਿਮਾਗ ਵੀ ਕੰਮ ਕਰਨ ਲੱਗ ਜਾਂਦਾ ਹੈ ਉਹ ਹੱਥ ਪੈਰ ਵੀ ਚਲਾਉਂਦਾ ਹੈ ਤੇ ਮੁਸੀਬਤਾਂ ਨੂੰ ਚੱਲਣ ਦੀ ਸਮਰੱਥਾ ਵੀ ਉਹਦੇ ਵਿੱਚ ਬਾਹਰ ਆਂਦੀ ਹੈ so it brings out the best in man kisi manukh vich develop his latent abilities latent hon di bacho lukiyan hoyian abilities samarthan te oh jadian lukiyan hoyian samarthanwan ne onna nu viksit kar di hai kon adversity okhavilla te dekho bacho jade ke gareeb parivaran de bachche hunde ne oh bade roshan dimag agge nahi parande ne badi mehnat karde ne jada changge raje bujje ghar da hai ga onu pata hai ki kothi vi meri eh khet vi mere ne ਤੇ ਉਹ ਆਬੀਅਸਲ ਹੋ ਜਾਂਦਾ ਹੈ ਤੇ ਉਹਦੇ ਅੰਦਰ ਜੇ ਕੋਈ ਸਮਰੱਥਾਾਂ ਮ ਲੁਕੀਆਂ ਵੀ ਹੋਈਆਂ ਨੇ ਉਹਨਾਂ ਨੂੰ ਬਾਹਰ ਆਉਂਦਾ ਮੌਕਾ ਨਹੀਂ ਮਿਲਦਾ ਪਰ ਜਦੋਂ ਬੰਦਾ ਮੁਸੀਬਤ ਵਿੱਚ ਹੁੰਦਾ ਹੈ ਔਖੇ ਵੱਲੇ ਹੁੰਦਾ ਹੈ ਫਿਰ ਉਹ ਸਾਰੇ ਬਾਹਰ ਆਉਂਦਾ ਤੇ ਡਵੈਲਪ ਹਿਸ ਲੇਟੈਂਟ ਐਬਿਲਿਟੀਆਂ ਲੁਕੇ ਹੋਏ ਜਿਹੜੇ ਉਹਦੇ ਗੁਣ ਨੇ ਉਹ ਵਿਕਾਸ ਉਹਨਾਂ ਦਾ ਹੁੰਦਾ ਉਹ ਵਿਕਸਿਤ ਹੁੰਦੇ ਨੇ ਐਂਡ ਲੀਡ ਹਿਮ ਲੀਡ ਹੁੰਦਾ ਅਗਵਾਈ ਕਰਣੀ ਉਸ ਪਾਸੇ ਤੋਰਨਾ ਲੀਡ ਹਿਮ ਕਿਹੜੇ ਪਾਸੇ ਟੂ ਅ ਪਾਥ ਆਫ ਪ੍ਰੋਸਪਰਿਟੀ ਪ੍ਰੋਸਪਰਿਟੀ ਉਹਦੀ ਖੁਸ਼ਹਾਲੀ ਜਿਹਦੇ ਵਿੱਚ ਪਦਾਰਥਾਂ ਦੀ ਮਾਇਆ ਦੀ ਟੋਟ ਨਾ ਹੋਵੇ ਉਹ ਕਹਿੰਦੇ ਪ੍ਰੋਸਪੇਰਿਟੀ ਖੁਸ਼ਹਾਲੀ ਤੇ ਪ੍ਰੋਗਰੈਸ ਹੁੰਦੀ ਆਪਣੀ ਤਰੱਕੀ ਤੇ ਕਹਿੰਦੇ ਲੀਡ ਹਿਮ ਟੂ ਆ ਪਾਥ ਆਫ ਪ੍ਰੋਸਪੇਰਿਟੀ ਐਂਡ ਪ੍ਰੋਗਰੈਸ ਤੇ ਉਸ ਨੂੰ ਖੁਸ਼ਹਾਲੀ ਅਤੇ ਤਰੱਕੀ ਵਾਲੇ ਰਾਹ ਤੇ ਪਾਉਂਦੀ ਹੈ ਕੋਣ ਮੁਸੀਬਤ ਦੀ ਹੈ ਮੁਸੀਬਤ ਦਾ guna ਦਾ ਜਿਵੇਂ ਔਖਾ ਵੇਲਾ ਆਂਦਾ ਤੇ ਮਨੁੱਖ ਫਿਰ ਆਪਣਾ ਲੁਕੇ ਹੋਏ guna ਨੂੰ ਉਜਾਗਰ ਕਰਦਾ ਹੈ ਉਹਨਾਂ ਨੂੰ ਘਟਦਾ ਹੈ ਤੇ ਇਸ ਤਰ੍ਹਾਂ ਤਰੱਕੀ ਅਤੇ ਖੁਸ਼ਹਾਲੀ ਦੇ ਰਾਹ ਤੇ ਪੈਂਦਾ ਹੈ ਦੀ ਹਿਸਟਰੀ ਆਫ ਦਾ ਵਰਲਡ ਕਹਿੰਦੇ ਦੁਨੀਆ ਦਾ ਇਤਿਹਾਸ ਦੀ ਹਿਸਟਰੀ ਆਫ ਦੀ ਵਰਲਡ ਦੁਨੀਆ ਦਾ ਇਤਿਹਾਸ ਇਜ਼ ਦੀ ਸਟੋਰੀ ਆਫ ਦੀ ਸਰਵਾਈਵਲ ਆਫ ਦੀ ਫਿਟੈਸਟ ਉਹ ਜਿਹੜੇ ਸਭ ਤੋਂ ਫਿਟੈਸਟ ਜਿਹੜੇ ਹੁੰਦੇ ਨੇ ਜਿਹੜੇ ਜੋਗ ਬੰਦੇ ਰਹਿੰਦੇ ਨੇ ਜੋ ਮਲਕੀ ਜੋ ਮਲਕੀ ਹੜਾਇਆ ਉਹ ਚੋਂ ਬਚ ਗਏ ਕਾਲ ਪੈ ਗਿਆ ਉਹ ਚੋਂ ਬਚ ਗਏ ਕੋਈ ਬਿਮਾਰੀ ਆਈ ਉਹ ਚੋਂ ਬਚ ਗਏ ਕੋਈ ਜੰਗ ਹੋਈ ਉਹ ਚੋਂ ਬਚ ਗਏ ਫਿਟੈਸਟ ਜੋ ਹਰ ਕਿਸਮ ਦੇ ਹਾਲਾਤ ਦਾ ਟੱਕਰਾ ਕਰਕੇ ਬਚ ਗਏ ਸਰਵਾਈਵਰ ਆਫ ਦੀ ਫਿਟੈਸਟ ਮਤਲਬ ਕਿ ਇਹ ਜਿਹੜੀ ਦੁਨੀਆ ਦਾ ਇਤਿਹਾਸ ਹੈ ਇਹ ਉਹਨਾਂ ਦੀ ਕਹਾਣੀ ਹੈ ਜੋ ਮਤਲਬ ਕਿ ਸਰਵਾਈਵਲ ਆਫ ਦਾ ਫਿਟੈਸਟ ਅਰਥਾਤ ਜੋ ਸਭ ਤੋਂ ਜ਼ਿਆਦਾ ਇਦਾਂ ਚੜ੍ਹਦੀ ਕਲਾ 'ਚ ਰਹੇ ਨੇ ਤੇ ਜਿੰਦੇ ਰਹੇ ਨੇ ਇਹ ਉਹਨਾਂ ਦੀ ਕਹਾਣੀ ਹੈ ਉਹਨਾਂ ਦਾ ਨਾਂ ਹੀ ਇਤਿਹਾਸ ਵਿੱਚ ਆਇਆ ਹੈ ਇਨ ਦੀ ਕੋਰਸ ਆਫ ਟਾਈਮ ਅਰਥਾਤ ਸਮੇਂ ਦੇ ਵਹਾਅ ਦੇ ਵਿੱਚ man ਹੁਣ ਤੇ ਮੈਨ ਕਿਹੜਾ ਹੈ ਉਹ ਪਹਿਲੇ ਮੈਨ ਦੀ ਗੱਲ ਹੋ ਰਹੀ ਹੈ ਤਾਂ ਇਹਨੂੰ ਕੈਪੀਟਲ m ਆਇਆ ਹੈ ਮੈਨ ਉਹ ਮਨੁੱਖ ਥਰੂ ਦੀ ਹੀਰੋਇਕ ਸਟਰਗਲ ਅਗੇਂਸਟ ਦੀ ਐਡਵਰਸ ਸਰਕਮਸਟੈਂਸਿਸ ਐਡਵਰਸ ਹੁੰਦਾ ਹੈ ਬੱਚਿਓ ਮਿਲਕੀ ਜਿਹੜੇ ਸਾਡੇ ਹੱਕ ਵਿੱਚ ਨਹੀਂ ਜਾਂਦੇ ਸਾਡੇ ਵਿਰੋਧੀ ਹੈਗੇ ਨੇ ਸਰਕਮਸਟੈਂਸਿਸ ਮੈਨੇ ਹਾਲਾਤ ਕੇਮ ਆਊਟ ਆਫ ਦੀ ਫੋਰੈਸਟ ਮਿਲਕੀ ਇਹ ਉਹਲੇ ਮਨੁੱਖ ਦੀ ਗੱਲ ਕੀਤੀ ਹੈ ਜੋ ਜੰਗਲਾਂ ਵਿੱਚ ਰਹਿੰਦਾ ਸੀਗਾ ਕਹਿੰਦੇ ਇਨ ਦੀ ਕੋਰਸ ਆਫ ਟਾਈਮ ਸਮੇ ਦੇ ਜਿਹੜਾ ਰਫਤਾਰ ਸੀ ਉਹਦੇ ਵਿੱਚ ਜਿਹੜਾ ਮਨੁੱਖ ਸੀਗਾ ਥਰੂ ਹਿਸ ਹੀਰੋਇਕ ਸਟਰਗਲ ਸਟਰਗਲ ਮੈਨੇ ਹੁੰਦਾ ਸੰਘਰਸ਼ ਜਦੋ ਜਹਿਦ ਤੇ ਹੀਰੋਇਕ ਮੈਨੇ ਹੀਰੋਆਂ ਵਾਲਾ ਮਤਲਬ ਕਿ ਬਹਾਦਰੀ ਵਾਲਾ ਜਿਹੜਾ ਸਟਰਗਲ ਸੀਗਾ ਅਗੇਂਸਟ ਦੀ ਐਡਵਰਸ ਸਰਕਮਸਟੈਂਸਸ ਜਿਹੜੇ ਉਹ ਔਖੇ ਵਿਖੜੇ ਹਾਲਾਤ ਸੀ ਉਹਦੇ ਖਿਲਾਫ ਜਿਹੜੀ ਉਹਦੀ ਸੰਘਰਸ਼ ਸੀ ਜੰਗਲੀ ਜਾਨਵਰ ਸੀਗੇ ਕੋਰਾ ਸੀ ਅਤਿ ਦੀ ਗਰਮੀ ਸੀ ਮੱਛਰ ਸੀ ਕਈ ਕਿਸਮ ਦੇ ਜੀਵਾਜੰਤ ਸੀ ਹਾਂਜੀ ਕੋਈ ਕਪੜਾ ਨਹੀਂ ਸੀ ਕੋਈ ਵਿਦਿਆ ਨਹੀਂ ਸੀ ਕੋਈ ਜੰਗਲਾਂ ਵਿੱਚ ਉਹਨੂੰ ਖਰਿੰਦਾ ਸੀ ਕਹਿੰਦੇ ਉਸ ਵੇਲੇ ਇਹੋ ਜਿਹੇ ਹਾਲਾਤਾਂ ਚੋਂ ਮਨੁੱਖ ਬਾਹਰ ਆਇਆ ਕੇਮ ਆਊਟ ਆਫ ਦੀ ਫੋਰੈਸਟ ਜੰਗਲਾਂ ਜੋਂ ਬਾਹਰ ਆਇਆ ਉਹਨੇ ਪਿੰਡ ਬਸਾਏ ਖੇਤੀਬਾੜੀ ਸ਼ੁਰੂ ਕੀਤੀ ਵਿਗਿਆਨ ਜੱਗੇ ਤਰੱਕੀ ਕੀਤੀ ਫਿਰ ਕਹਿੰਦੇ ਚੇਂਜ ਦੀ ਫੇਸ ਆਫ ਦੀ ਯੂਨੀਵਰਸ ਉਹਨੇ ਇਸ ਬ੍ਰਹਿਮੰਡ ਦੀ ਦੁਨੀਆ ਦਾ ਚਿਹਰਾ ਮੁਹੰਦਰਾ ਬਦਲ ਕੇ ਰੱਖ ਦਿੱਤਾ ਹੁਣ ਦੇਖੋ ਬੱਚਿਓ ਧਰਤੀ ਦੇ ਕੀ ਕੀ ਹੈਗਾ ਟ੍ਰੇਨਾਂ ਚੱਲਦੀਆਂ ਹਨ ਹਵਾਈ ਜਹਾਜ਼ ਚੱਲਦੇ ਨੇ ਅਪਾਰਟਮੈਂਟਸ ਬਣੇ ਹੋਏ ਨੇ ਮਾਲ ਬਣੇ ਹੋਏ ਨੇ ਕੰਪਿਊਟਰ ਆ ਗਏ ਕਿੰਨਾ ਕੁਝ ਆ ਗਿਆ ਇਹ ਸਾਰਾ ਮਨੁੱਖ ਨੇ ਕਈ ਸਦੀਆਂ ਵਿੱਚ ਜਦੋਂ ਜੈਦ ਕਰਦੇ 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 ਇੱਥੇ ਪਹੁੰਚਿਆ ਐਂਡ ਲੈਂਡਡ ਔਨ ਦੀ ਮੂਨ ਤੇ ਉਹੀ ਮਨੁੱਖ ਜਿਹੜਾ ਇੱਕ ਟਾਈਮ 'ਚ ਜੰਗਲਾਂ 'ਚ ਰਹਿੰਦਾ ਸੀ ਅੱਜ ਅੱਗੇ ਉਹਦੇ ਜਿਹੜੇ ਹੈਗੇ ਨੇ ਅਸੀਂ ਉਹਦੀ ਨਸਲਾਂ ਹੀ ਹੈਗੇ ਆ ਜਿਹੜਾ ਸਾਡੇ ਕੋਈ ਰਹੇ ਹੋਣਗੇ ਪਿੱਛੇ ਪੁਸ਼ਤਾ ਕਿੰਨੀਆਂ ਹਜ਼ਾਰਾਂ ਸਾਲ ਪਿੱੱਲੇ ਜਿਹੜਾ ਜੰਗਲ 'ਚ ਰਹਿੰਦਾ ਸੀ ਬੰਦਾ ਐਂਡ ਲੈਂਡਡ ਔਨ ਦਾ ਮੂਨ ਤੇ ਉਸ ਮਨੁੱਖ ਨੇ ਅੱਜ ਕੀ ਕੀਤਾ ਚੰਦ ਦੇ ਉੱਤੇ ਪੈਰ ਧਰ ਲਿਆ ਹੈ ਠੀਕ ਹੈ ਸੋ ਬੱਚਿਓ ਇਹ ਇੱਕ ਪੈਰਾਗ੍ਰਾਫੀ ਹੋ ਗਿਆ ਰੋਚਕ ਗਿਆਨ ਭਰਪੂਰ ਵੀ ਹੋ ਗਿਆ ਤੇ ਨਾਲ ਅਸੀਂ ਪ੍ਰੈਪੋਜੀਸ਼ਨਸ ਦੀ ਪ੍ਰੈਕਟਿਸ ਵੀ ਕਰ ਲਈ ਅੱਗੇ ਚਲੀਏ ਐਕਸਰਸਾਈਜ਼ 5 ਮਿਸਟਰ ਬਲੈਕਸਮਿਥ ਬਲੈਕਸਮਿਥ ਬੱਚਿਓ ਇੱਕ ਨਾ ਨਾਮ ਵੀ ਹੁੰਦਾ ਹੈ ਮਤਲਬ ਕਿ ਅੰਗਰੇਜ਼ੀ ਦਾ ਸ਼ਬਦ ਵੀ ਹੈਗਾ ਬਲੈਕਸਮਿਥ ਜੇ B ਛੋਟਾ ਹੋ ਜਾਏ ਤੇ ਮਿਸਟਰ हट ਜਾਏ ਤੇ ਬਲੈਕਸਮਿਥ ਹੋ ਗਿਆ ਏ ਆਪਣਾ ਲੋਹਾਰ ਉਹਨੂੰ ਲੋਹਾਰ ਕਹਿੰਦੇ ਆ ਪਰ ਬਲੈਕਸਮਿਥ ਕਈਆਂ ਲੋਕਾਂ ਦਾ ਨਾਮ ਵੀ ਹੁੰਦਾ ਹੈ ਸੋ ਮਿਸਟਰ ਇਸ ਕਰਕੇ ਮਿਸਟਰ ਸ਼੍ਰੀਮਾਨ ਬਲੈਕਸਮਿਥ ਮਿਸਟਰ ਬਲੈਕਸਮਿਥ ਇਜ਼ ਨੋਨ ਟੂ ਮੀ ਇਜ਼ ਨੋਨ ਟੂ ਮੀ ਮਤਲਬ ਕਿ ਮੈਂ ਉਹਨੂੰ ਜਾਣਦਾ ਹਾਂ ਉਹ ਮੇਰਾ ਜਾਨੂ ਹੈ ਮਿਸਟਰ ਬਲੈਕਸਮਿਥ ਮਿਸਟਰ ਬਲੈਕਸਮਿਥ ਇਜ਼ ਨੋਨ ਟੂ ਮੀ ਅਰਥਾਤ ਮਿਸਟਰ ਬਲੈਕਸਮਿਥ ਮੇਰਾ ਜਾਨੂ ਹੈ ਵਾਂਸ ਇੱਕ ਵਾਰੀ ਵੀ ਮੈਟ ਇਨ ਅ ਗਾਰਡਨ ਅਸੀਂ ਇੱਕ ਬਾਗ ਵਿੱਚ ਮਿਲੇ met in a garden from there utthon di he took me oh menu leke gaya kithe to his apartment apartment hunde bacho flats multi story flat nahi hunde ohnu apartment keh lende hai oh menu apne apne ghar apartment vich leke gaya i was astonished main dang reh gaya astonishment ik hunde surprise hairan hona astonished hunda surprise da vi uttar la purla sira te dang reh gaya i was astonished to see his capabilities main ohdiyan khubiyan ਉਦੇ ਗੁਣ ਉਹਦੀਆਂ ਸਮਰੱਥਾਵਾਂ ਦੇਖ ਕੇ दंग ਰਹਿ ਗਿਆ ਕਿਹੜੀਆਂ ਸਮਰੱਥਾਵਾਂ ਐਜ਼ ਅ ਜਰਨਲਿਸਟ ਮਤਲਬ ਕਿ ਮੈਂ ਬਤੌਰ ਪੱਤਰਕਾਰ ਉਹਦੀਆਂ ਇਹ ਜਿਹੜੀਆਂ ਕੈਪੇਬਿਲਿਟੀਜ਼ ਦੇਖ ਕੇ ਹੈਰਾਨ ਰਹਿ ਗਿਆ ਠੀਕ ਹੈ ਆਈ ਜਸਟ ਹੈਡ ਅ ਲੁੱਕ ਐਟ ਹਿਸ ਫੇਸ ਮੈਂ ਬਸ ਉਹਦੇ ਚਿਹਰੇ ਤੇ ਇੱਕ ਨਿਗਾਹ ਮਾਰੀ ਹੀ ਵਾਸ ਟ੍ਰਾਈਿੰਗ ਟੂ ਪ੍ਰੂਵ ਹਿਸ ਪੋਜੀਸ਼ਨ ਉਹ ਆਪਣੀ ਜਿਹੜੀ ਉਹਦਾ ਹੈ ਆਪਣੀ ਜਿਹੜੀ ਅਵਸਥਾ ਹੈ ਆਪਣੀ ਜਿਹੜੀ ਪੋਜੀਸ਼ਨ ਹੈ ਉਹਨੂੰ ਮਲਕੀ ਉਹ ਅਤੇ ਤੇ ਠੀਕ ਸਹੀ ਉਤਰਨ ਦਾ ਯਤਨ ਕਰ ਰਿਹਾ ਸੀ ਉਹ ਦੱਸ ਰਿਹਾ ਸੀ ਪਤਾ ਲੱਗ ਰਿਹਾ ਸੀਗਾ ਕਿ ਉਹ ਇਹ ਚੀਜ਼ਾਂ ਦਾ ਇਹ ਗੁਣਾਂ ਦਾ ਮਾਲਕ ਹੈ ਹੀ ਵਾਸ ਰੀਲੀ ਅ ਮੈਨ ਆਫ ਲੈਟਰਸ ਉਹ ਵਿਚ ਹੈ ਮੁਹਾਵਰਾ ਹੈ ਅ ਮੈਨ ਆਫ ਲੈਟਰਸ ਮੈਨ ਆਫ ਲੈਟਰਸ ਦਾ ਮਤਲਬ ਹੁੰਦਾ ਹੈ ਵਿਦਵਾਨ ਜਿਹੜਾ ਬੰਦਾ ਬਹੁਤ ਪੜਿਆ ਲਿਖਿਆ ਹੋਵੇ ਅਸੀਂ ਉਹ ਕਹਿੰਦੇ ਹਾਂ ਮੈਨ ਆਫ ਲੈਟਰਸ ਹੀ ਵਾਸ ਰੀਲੀ ਅ ਮੈਨ ਆਫ ਲੈਟਰਸ ਪਰ ਕਹਿੰਦੇ ਵਾਕਈ ਕਹਿੰਦੇ ਵਾਕਈ ਸੱਚੀ ਮੁੱੱਚੀ ਰੀਲੀ ਉਹ ਬੜਾ ਵੱਡਾ ਵਿਦਵਾਨ ਉਹ ਇੱਕ ਵਿਦਵਾਨ ਸੀ ਬਟ ਪਰ ਅਨਫੋਰਚੂਨੇਟਲੀ ਅਨਫੋਰਚੂਨੇਟਲੀ ਦਾ ਮਤਲਬ ਹੈ ਬਦਕਿਸਮਤੀ ਦੇ ਨਾਲ ਫੋਰਚੂਨੇਟਲੀ ਹੁੰਦਾ ਹੈ ਚੰਗੀ ਕਿਸਮਤ ਨਾਲ ਅਨਫੋਰਚੂਨੇਟਲੀ ਮਾੜੀ ਕਿਸਮਤ ਨਾਲ ਬਦਕਿਸਮਤੀ ਨਾਲ ਕੀ ਕੀ ਗੱਲ ਸੀ ਹੀ ਵਾਸ ਬਲਾਈਂਡ ਆਫ ਵਨ ਆਈ ਉਹ ਇੱਕ ਅੱਖ ਤੋਂ ਕਾਣਾ ਸੀ ਇੱਕ ਅੱਖ ਤੋਂ ਅੰਨਾ ਸੀ ਮਤਲਬ ਇੱਕ ਅੱਖ ਨਹੀਂ ਸੀ ਉਹਦੀ ਸੋ ਬੱਚੇ ਬਲਾਈਂਡ ਆਫ ਵਨ ਆਈ ਜਦੋਂ ਬੰਦਾ ਬੰਦਾ ਇੱਕ ਅੱਖ ਨਾ ਹੋਵੇ ਕਾਣਾ ਹੋਵੇ ਤੇ ਇਸ ਨੂੰ ਕਹਿੰਦੇ ਬਲਾਈਂਡ ਆਫ ਵਨ ਆਈ ਠੀਕ ਹੈ आई लुक्ड एट द पोर्ट्रेट पोर्ट्रेट उंदी तस्वीर मैं देखया के थे एट द पोर्ट्रेट तस्वीर ऑफ अ लेडी एक बीबी दी हैंगिंग ऑन द वॉल कंधे ते लमकी हुई एक बीबी दी तस्वीर ते मैं देखया ए हैंगिंग ऑन द वॉल भी हो सकदा है ओ बच्चे थे ही नहीं हैगा इथे गलती हो गई हैंगिंग ऑन दी इते टी आएगा बच्चेओ टी ठीक है टी मिस हो गए थे ऑन द वॉल ਠੀਕ ਹੈ ਇਹ ਟੀ ਹੈਗਾ ਇੱਥੇ ਛੋਟਾ ਟੀ ਵੱਡਾ ਟੀ ਨਹੀਂ ਹੈਗਾ ਓਕੇ ਹੈਂਗਿੰਗ ਓਨ ਦੀ ਵਾਲ ਹੈਂਗਿੰਗ ਓਨ ਦੀ ਵਾਲ ਲਿਖਿਆ ਮੈਂ ਪਰ ਤੁਸੀਂ ਹੈਂਗਿੰਗ ਫਰੋਮ ਦੀ ਵਾਲ ਵੀ ਲਿਖ ਸਕਦੇ ਹੋ ਦੋਨੋਂ ਚੱਲ ਜਾਣਗੇ ਓਨ ਦੀ ਵਾਲ ਵੀ ਚੱਲ ਜਾਏਗਾ ਹੈਂਗਿੰਗ ਫਰੋਮ ਦੀ ਵਾਲ ਵੀ ਚੱਲ ਜਾਏਗਾ ਕੰਧ ਤੇ ਟੰਗਿਆ ਹੋਇਆ ਸੀ ਜਾਂ ਕੰਧ ਤੋਂ ਲਮਕਿਆ ਹੋਇਆ ਸੀ ਪੋਰਟਰੇਟ ਠੀਕ ਹੈ ਆਈ ਵਾਂਟ ਟੂ ਟੇਕ ਆਈ ਵੈਂਟ ਆਈ ਵੈਂਟ ਟੂ ਟੇਕ ਅ ਰਾਉਂਡ ਰਾਉਂਡ ਆਫ ਦਾ ਗੇੜਾ ਆਫ ਹਿਸ ਹਾਊਸ ਮੈਂ ਉਹਦੇ ਘਰ ਦਾ ਗੇੜਾ ਲੈਣ ਗਿਆ ਐਂਡ ਆਈ ਸੋ ਅ ਫੈਮਿਲੀ ਫੋਟੋਗ੍ਰਾਫ ਤੇ ਮੈਂ ਇੱਕ ਉਹਨਾਂ ਦੀ ਪਰਿਵਾਰਕ ਤਸਵੀਰ ਦੇਖੀ ਮਿਸਟਰ ਬਲੈਕਸਮਿਥ ਵਾਸ ਸਿਟਿੰਗ ਵਿਦ ਹਿਸ ਵਾਈਫ ਐਂਡ ਸਨ ਮਿਸਟਰ ਬਲੈਕਸਮਿਥ ਆਪਣੀ ਪਤਨੀ ਅਤੇ ਪੁੱਤਰ ਨਾਲ ਬੈਠੇ ਹੋਏ ਸੀ ਕਿੱਥੇ ਇਹਦੀ ਫੋਟੋਗ੍ਰਾਫ ਉਸ ਤਸਵੀਰ ਵਿੱਚ ਕਿਹੜੀ ਤਸਵੀਰ ਵਿੱਚ ਫੈਮਿਲੀ ਫੋਟੋਗ੍ਰਾਫ ਵਿੱਚ ਆਫਟਰ ਸਪੈਂਡਿੰਗ ਸਮ ਟਾਈਮ ਵਿਦ ਹਿਮ ਕੁਝ ਸਮਾਂ ਉਹਦੇ ਨਾਲ ਬਿਤਾਉਣ ਮਗਰੋਂ ਆਈ ਕੇਮ ਬੈਕ ਹੋ ਉਰੇ ਕਰ ਵਾਪਸ ਆ ਗਿਆ ਠੀਕ ਹੈ ਆਉਣ ਅਗਲੀ ਐਕਸਰਸਾਈਜ਼ ਕਰੀਏ ਓਕੇ ਐਕਸਰਸਾਈਜ਼ 6 ਲਾਈਫ ਇਜ਼ ਨੋਟ ਅ ਬੈਡ ਆਫ ਰੋਜ਼ੀਜ਼ ਰੋਜ਼ ਹੁੰਦਾ ਬੱਚੋ ਗੁਲਾਬ ਦਾ ਫੁੱਲ ਰੋਜ਼ੀਜ਼ ਬਹੁਵਚਨ ਹੋ ਗਿਆ ਵਟ ਅ ਬੈਡ ਆਫ ਥੋਰਸ ਥੋਰਨਸ ਹੁੰਦੇ ਨੇ ਕੰਡੇ 16 ਸੋ ਇਹ ਇੱਕ ਕਹਾਵਤ ਹੈ ਪੈਗੀ ਹੈ ਲਾਈਫ ਇਜ਼ ਨੋਟ ਅ ਬੈਡ ਆਫ ਰੋਜ਼ੀਜ਼ ਬਟ ਅ ਬੈਡ ਆਫ ਥੋਰਸ ਇਹਦਾ ਮਤਲਬ ਪੰਜਾਬੀ ਚ ਅਸੀਂ ਦਾ ਕਿੰਨੇ ਆ ਜ਼ਿੰਦਗੀ ਫੁੱਲਾਂ ਦੀ ਸੇਜ ਨਹੀਂ ਹੈ ਇਹ ਕੰਡਿਆਂ ਦੀ ਸੇਜ ਹੈ ਇੱਕ ਕਹਿਣ ਦਾ ਲੈਜ਼ਾ ਇਹਦਾ ਮਤਲਬ ਕੀ ਹੈ ਕਿ ਜ਼ਿੰਦਗੀ ਵਿੱਚ ਸਭ ਵਧੀਆ-ਵਧੀਆ ਨਹੀਂ ਹੈਗਾ ਕਦੀ ਪੱਤ ਝੜ ਵੀ ਆਂਦੀ ਏ ਕਦੀ ਹੜ ਵੀ ਆ ਜਾਂਦੇ ਨੇ ਕਦੀ ਸੋਕਾ ਵੀ ਪੈਂਦਾ ਕਦੀ ਸਰੀਰ ਨੂੰ ਰੋਗ ਵੀ ਲੱਗਦਾ ਕਦੀ ਭੁੱਖ ਵੀ ਚੱਲਣੀ ਪੈਂਦੀ ਏ ਕਦੀ ਸਰਟੀਫਿਕੇਟ ਵੀ ਲੱਗ ਜਾਂਦਾ ਕਦੀ ਮੁਸ਼ਕਲਾਂ ਵੀ ਆਉਂਦੀਆਂ ਅਰਥਾਤ ਜ਼ਿੰਦਗੀ ਜਿਹੜੀ ਏ ਉਹ ਸੁੱਖਾ ਦੁੱਖਾਂ ਦੀ ਕਹਾਣੀ ਹੈ ਜਦ ਜਪਜੀਤ ਸਾਹਿਬ ਜੀ ਗੁਰੂ ਸਾਹਿਬ ਨੇ ਵੀ ਕਿਹਾ ਨਾ ਹੁਕਮ ਉਲਿਖ ਦੁੱਖ ਸੁਖ ਪਾਈ ਹੈ ਸੁੱਖ ਦੁੱਖ ਦੋਏਦਰ ਕੱਪੜੇ ਪਹਿਰੇ ਜਾਏ ਮਨੁੱਖ ਐ ਸੁੱਖ ਤੇ ਦੁੱਖ ਜਿਹੜੇ ਨੇ ਇਹ ਪਰਮਾਤਮਾ ਵੱਲੋਂ ਮਿਲੇ ਹੋਏ ਸਾਨੂੰ ਕੱਪੜੇ ਨੇ ਜਿਹੜੇ ਅਸੀਂ ਪਾਣੇ ਆ ਬਦਲ ਕੇ ਠੀਕ ਹੈ ਸੋ ਕਦੀ ਸੁੱਖ ਆ ਗਿਆ ਕਦੀ ਦੁੱਖ ਆ ਗਿਆ ਸੋ ਜਿਹੜੇ ਗੁਰਮੁਖ ਹੈਗੇ ਨੇ ਉਹ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦੇ ਨੇ ਸੋ ਕਹਿੰਦੇ ਲਾਈਫ ਇਜ਼ ਨੋਟ ਅ ਬੈਡ ਆਫ ਰੋਜ਼ੀਜ਼ ਬਟ ਅ ਬੈਡ ਆਫ ਥੋਰਨਸ ਜ਼ਿੰਦਗੀ ਜਿਹੜੀ ਹੈ ਉਹ ਫੁੱਲਾਂ ਦੀ ਸੇਜ ਨਹੀਂ ਹੈਗੀ ਇਹ ਕੰਡਿਆਂ ਦੀ ਸੂਲਾਂ ਦੀ ਸੇਜ ਹੈ ਦੋਜ਼ ਹੂ ਅੰਡਰਸਟੈਂਡ ਦੀ ਰਿਐਲਿਟੀ ਆਫ ਲਾਈਫ ਜਿਹੜੇ ਜ਼ਿੰਦਗੀ ਦੀ ਸਸਲੀਅਤ ਨੂੰ ਸਮਝ ਜਾਂਦੇ ਨੇ ਆਰ ਵਿਨਰਸ ਉਹ ਜੇਤੂ ਨੇ ਗੁਰਮੁਖ ਜਿੱਤ ਜਾਂਦੇ ਨੇ ਮਨਮੁਖ ਹਾਰ ਜਾਂਦੇ ਨੇ ਕਿਉਂ ਕਿ ਗੁਰਮੁਖ ਬਾਣੀ ਪੜ ਕੇ ਜ਼ਿੰਦਗੀ ਦੀ ਇਸ ਅਸਲੀਅਤ ਨੂੰ ਸਮਝ ਜਾਂਦੇ ਨੇ ਉਹ ਪਤਝੜ ਵਿੱਚ ਉਦਾਸ ਵੀ ਨਹੀਂ ਹੁੰਦੇ ਤੇ ਬਸੰਤ ਵਿੱਚ ਬਹੁਤ ਜ਼ਿਆਦਾ ਖੁਸ਼ ਵੀ ਨਹੀਂ ਹੁੰਦੇ ਉਹ ਬਸੰਤ ਵਿੱਚ ਵੀ ਸਹਿਜ ਵਿੱਚ ਰਹਿੰਦੇ ਨੇ ਤੇ ਪਤਝੜ ਵਿੱਚ ਵੀ ਉਹ ਸਹਿਜ ਵਿੱਚ ਰਹਿੰਦੇ ਨੇ ਇਸੇ ਤਰ੍ਹਾਂ ਪਤਝੜ ਕਿਹਦਾ ਪ੍ਰਤੀਕ ਹੈ ਦੁੱਖ ਦਾ ਪ੍ਰਤੀਕ ਹੈ ਤੇ ਬਸੰਤ ਜਿਹੜੀ ਹੈ ਉਹ ਕਾਦਾ ਪ੍ਰਤੀਕ ਹੈ ਉਹ ਸੁੱਖ ਦਾ ਪ੍ਰਤੀਕ ਹੈ ਸੋ ਜਿਹੜਾ ਬੰਦਾ ਜਾਣਦਾ ਹੈ ਕਿ ਹੁਣ ਪਤਝੜ ਆਈ ਹੈ ਫਿਰ ਬਸੰਤ ਨੇ ਵੀ ਆਣਾ ਹੈ ਤੇ ਬਸੰਤ ਜਨੇ ਚਲ ਜਾਣਾ ਹੈ ਤੇ ਪਤਝੜ ਨੇ ਵੀ ਆਣਾ ਹੈ ਸੋ ਇਹ ਜਿੱਦਾਂ ਰੁੱਤਾਂ ਬਦਲਦੀਆਂ ਐ ਇਸ ਤਰ੍ਹਾਂ ਜ਼ਿੰਦਗੀ ਦੇ ਵਿੱਚ ਵੀ ਉਤਾਰ ਚੜ੍ਹਾਵਾਂ ਆਉਂਦੇ ਰਹਿੰਦੇ ਨੇ ਸੋ ਦੋਜ਼ ਅੰਡਰਸਟੈਂਡ ਦੀ ਰਿਐਲਿਟੀ ਆਫ ਲਾਈਫ ਜਿਹੜੇ ਜ਼ਿੰਦਗੀ ਦੀ ਸੱਚਾਈ ਨੂੰ ਸਮਝ ਲੈਂਦੇ ਨੇ ਆਰ ਵਿਨਰਸ ਉਹ ਜਿੱਤ ਜਾਂਦੇ ਨੇ ਜੇਤੂ ਨੇ ਉਹ ਚੜ੍ਹਦੀ ਕਲਾ 'ਚ ਰਹਿੰਦੇ ਨੇ ਨਾਟ ਲੂਜ਼ਰਸ ਲੂਜ਼ਰਸ ਮਨੇ ਜਿਹੜੇ ਹਾਰ ਗਏ ਉਹ ਆ ਬੈਠੇ ਠੀਕ ਹੈ ਨਾ ਉਹ ਢੇਰੀ ਢਾ ਕੇ ਬਹਿ ਜਾਂਦੇ ਨੇ ਜਿਹੜੇ ਲੂਜ਼ਰਸ ਹੁੰਦੇ ਨੇ ਵਨ ਹੈਜ਼ ਟੂ ਗੋ ਥਰੂ ਗੋ ਥਰੂ ਨੰਗਾ ਪੈਂਦਾ ਹੈ ਆ ਲੋਟ ਆਫ ਟਰਾਇਲਸ ਐਂਡ ਟ੍ਰਿਬੂਲੇਸ਼ਨਸ ਟ੍ਰਾਇਲਸ ਹੁੰਦੇ ਬੱਚੋ ਇਮਤਿਹਾਨ ਤੇ ਟ੍ਰਿਬੂਲੇਸ਼ਨਸ ਬਣੇ ਗਏ ਤਤੀਆਂ ਹਵਾਵਾਂ ਕਹਿ ਲੋ ਔਖਾ ਵੇਲਾ ਵਨ ਹੈਸ ਟੂ ਗੋ ਥਰੂ ਅ ਲਾਟ ਆਫ ਟ੍ਰਾਇਲਸ ਐਂਡ ਟ੍ਰਿਬੂਲੇਸ਼ਨਸ ਬੰਦੇ ਨੂੰ ਕਈ ਕਿਸਮ ਦੇ ਇਮਤਿਹਾਨਾਂ ਅਤੇ ਮੁਸ਼ਕਲਾਂ ਵਿੱਚੋਂ ਲੰਘਣਾ ਪੈਂਦਾ ਹੈ ਵਨ ਇਸ ਟੂ ਗੋ ਥਰੂ ਲੰਘਣਾ ਪੈਂਦਾ ਹੈ ਕਿਦਾਂ ਬਾਈ ਟੇਕਿੰਗ ਅ ਰਾਈਟ ਡਿਸੀਜਨ ਮਲਕੀ ਸਹੀ ਫੈਸਲਾ ਲੈ ਕੋਈ ਸਹੀ ਫੈਸਲਾ ਲੈ ਕੇ ਔਰ ਬਾਈ ਮੇਕਿੰਗ ਅ ਰਾਈਟ ਚੁਆਇਸ ਜਾਂ ਸਹੀ ਚੁਣ ਕਰਕੇ ਹੁਣ ਬੱਚੋ ਸਹੀ ਚੋਣ ਤੇ ਸਹੀ ਫੈਸਲਾ ਕਿੱਦਾਂ ਕੀਤਾ ਜਾਂਦਾ ਹੈ? ਵਿਵੇਕ ਬੁੱਧੀ ਦੇ ਨਾਲ। ਤੇ ਵਿਵੇਕ ਬੁੱਧੀ ਕਿੱਦਾਂ ਮਿਲਦੀ ਹੈ? ਚੰਗੀ ਸੰਗਤ ਕਰਕੇ। ਜਿੱਦਾਂ ਸਤ ਸੰਗਤ ਮਿਲ ਵਿਵੇਕ ਬੁੱਧ ਹੋਈ। ਸਤ ਸੰਗਤ ਵਿੱਚ ਰਹਿ ਕੇ ਚੰਗੀ ਸੰਗਤ ਕਰਕੇ, ਚੰਗੀਆਂ ਕਿਤਾਬਾਂ ਪੜ੍ਹ ਕੇ, ਗਿਆਨ ਹਾਸਿਲ ਕਰਕੇ, ਬਾਣੀ ਪੜ੍ਹ ਕੇ ਮਨੁੱਖ ਵਿੱਚ ਵਿਵੇਕ ਬੁੱਧੀ ਆਉਂਦੀ ਹੈ ਤੇ ਫਿਰ ਉਹ ਰਾਈਟ ਡਿਸੀਜਨ, ਸਹੀ ਫੈਸਲੇ ਕਰ ਸਕਦਾ ਹੈ। ਰਾਈਟ ਚੁਆਇਸ ਸਹੀ ਚੋਣ ਕਰ ਸਕਦਾ ਹੈ। ਸੋ ਜਿਹੜਾ ਮਨੁੱਖ ਇਦਾਂ ਜਾਨਵਾਨ ਹੋ ਜਾਂਦਾ ਹੈ ਉਹ ਫਿਰ ਇਮਤਿਹਾਨਾਂ ਵਿੱਚੋਂ ਤੇ ਔਖੇ ਵੇਲਿਆਂ ਵਿੱਚੋਂ ਸਹੀ ਫੈਸਲਾ ਕਰਕੇ ਸਹੀ ਚੋਣ ਕਰਕੇ ਜੇਤੂ ਹੋ ਕੇ ਨਿਬੜਦਾ ਹੈ ਗੋਡ ਹੈਜ਼ ਗਿਵਨ ਅ ਸਟ੍ਰਿਮੈਂਡਸ ਸਟ੍ਰਿਮੈਂਡਸ ਮੈਨੇ ਹੁੰਦੀ ਬਹੁਤ ਜ਼ਿਆਦਾ ਵੱਡੀ ਮਾਤਰਾ ਵਿੱਚ ਪਾਵਰ ਮੈਨੇ ਤਾਕਤ ਟੂ ਥਿੰਕ ਐਂਡ ਡਿਸਾਈਡ ਵਾਹਿਗੁਰੂ ਨੇ ਸਾਨੂੰ ਬਹੁਤ ਵੱਡੀ ਤਾਕਤ ਤਗੜੀ ਤਾਕਤ ਸੋਚਣ ਅਤੇ ਫੈਸਲਾ ਕਰਨ ਦੀ ਦਿੱਤੀ ਹੈ ਬੱਚੇ ਸਾਡੇ ਜਿਹੜਾ ਹੈ ਨਾ ਮੁੰਡਿਆਂ ਤੱਕ ਮੁੰਡਿਆਂ ਤੋਂ ਥੱਲੇ ਸਿਰ ਤੋਂ ਥੱਲੇ ਇਹ ਧੜੇ ਨਾਲ ਇਹਦੇ ਵਿੱਚ ਤੇ ਗਾਂ ਦੇ ਧੜ ਵਿੱਚ ਜਾਂ ਮੱਝ ਵਿੱਚ ਕੁੱਤੇ ਬਿੱਲੀ ਚ ਖੋਤੇ ਚ ਕੋਈ ਫਰਕ ਨਹੀਂ ਹੈ ਸਾਰਾ ਫਰਕ ਬੰਦੇ ਦਾ ਇਹ ਬੰਦੇ ਦੇ ਸਿਰ ਕਰਕੇ ਹੈਗਾ ਕਿ ਸਿਰ ਵਿੱਚ ਹੈਗਾ ਦਿਮਾਗ ਜਿੱਥੇ ਸੁਰਤ ਹੈਗੀ ਹੈ ਜਿਵੇਂ ਗੁਰਸਾਹਿਬ ਨੇ ਕਿਹਾ ਸ਼ਬਦ ਗੁਰੂ ਸੁਰਤ ਤੁੰ ਚੇਲਾ ਵੀ ਗੁਰਬਾਣੀ ਗੁਰੂ ਹੈ ਤੇ ਸੁਰਤ ਜਿਹੜੀ ਹੈ ਅੰਦਰ ਸੋਚਣ ਦੀ ਸ਼ਕਤੀ ਹੈ ਉਹ ਚੇਲਾ ਹੈ ਤੇ ਇਸ ਇਸ ਸੁਰਤ ਰੂਪੀ ਚੇਲੇ ਦੇ ਨਾਲ ਬਾਣੀ ਨੂੰ ਪੜਨਾ ਵਿਚਾਰਨਾ ਕੰਠ ਕਰਨਾ ਤੇ ਸੋਚਣਾ ਹੈ ਤੋ ਉਹਨਾਂ 'ਵੀ ਤਾਕਤ ਆਂਦੀ ਏ ਸੋਚਣ ਦੀ ਸਹੀ ਫੈਸਲਾ ਕਰਨ ਦੀ ਬਟ ਮੋਸਟ ਆਫ ਅਸ ਆਰ ਇਗਨੋਰੈਂਟ ਆਫ ਆਵਰ ਕੈਪੇਬਿਲਿਟੀਆਂ ਪਰ ਸਾਡੇਆਂ ਵਿੱਚੋਂ ਬਹੁਤੇ ਮੋਸਟ ਆਫ ਅਸ ਮਨੇ ਸਾਡਿਆਂ ਚੋਂ ਬਹੁਤੇ ਆਰ ਇਗਨੋਰੈਂਟ ਅਣਜਾਣ ਹਨ ਕਿਤੋਂ ਜਾਣ ਹਨ ਆਫ ਆਵਰ ਕੈਪੇਬਿਲਿਟੀਆਂ ਸਾਡੇ ਅੰਦਰ ਕਿਹੜੇ ਕਿਹੜੇ ਗੁਣ ਭਰੇ ਹੋਏ ਨੇ ਸਾਡੇ ਅੰਦਰ ਕਿਹੜੀਆਂ ਕਿਹੜੀਆਂ ਖੂਬੀਆਂ ਲੁਕੀਆਂ ਹੋਈਆਂ ਨੇ ਉਹਨਾਂ ਤੋਂ ਅਸੀਂ ਅਣਜਾਣ ਹੈ ਕਿਆ ਠੀਕ ਹੈ ਨਾ ਉਹ ਕਿਉਂਕਿ ਦੇਖੋ ਵਾਹਿਗੁਰੂ ਸਰਵ ਕਲਾ ਭਰਪੂਰ ਹੈ ਤੇ ਅਸੀਂ ਉਹਦੀ ਅੰਸ਼ ਹੈਗੇ ਆ ਜਿਹੜੀ ਜਿਹੜੀ ਜੋਤ ਵਾਹਿਗੁਰੂ ਦੀ ਪਰਮ ਜੋਤ ਹੈ ਉਹ ਜੋਤ ਸਾਡੇ ਵਿੱਚ ਵੀ ਹੈਗੀ ਹੈ ਤੇ ਸਾਰੀਆਂ ਸ਼ਕਤੀਆਂ ਵਾਹਿਗੁਰੂ ਨੇ ਸਾਡੇ ਸਰੀਰ ਵਿੱਚ ਭਰੀਆਂ ਹੋਈਆਂ ਨੇ ਤੇ ਉਹ ਚੀਜ਼ਾਂ ਉਹ ਉਹ ਸ਼ਕਤੀਆਂ ਨੂੰ ਅਸੀਂ ਕਿਦਾਂ ਉਜਾਗਰ ਕਰ ਸਕਦੇ ਹਾਂ ਬਾਣੀ ਪੜ ਕੇ ਸੰਗਤ ਕਰਕੇ ਸੇਵਾ ਸਿਮਰਨ ਕਰਕੇ ਠੀਕ ਹੈ ਵੀ ਸ਼ੁੱਡ ਨਾਟ ਅੰਡਰ ਐਸਟੀਮੇਟ ਔਰਸੈਲਫ ਅੰਡਰ ਐਸਟੀਮੇਟ ਹੁੰਦਾ ਹੈ ਅੰਦਾਜ਼ਾ ਲਗਾਣਾ ਅੰਡਰ ਐਸਟੀਮੇਟ ਹੁੰਦਾ ਉਹ ਥੱਲੇ ਕਰਕੇ ਘਟਾ ਕੇ ਅੰਦਾਜ਼ਾ ਲਗਾਣਾ ਅਰਥਾਤ ਸਾਨੂੰ ਆਪਣੇ ਆਪ ਬਾਰੇ ਹੀਣ ਭਾਵਨਾ ਮਹਿਸੂਸ ਨਹੀਂ ਕਰਨੀ ਚਾਹੀਦੀ ਅੰਡਰ ਐਸਟੀਮੇਟ ਆਪਣੇ ਆਪ ਨੂੰ ਕੱਟ ਕਰਕੇ ਨਹੀਂ ਜਾਣਣਾ ਚਾਹੀਦਾ ਐ ਨਹੀਂ ਕਹਿਣਾ ਚਾਹੀਦਾ ਮੈਂ ਤੇ ਇਹ ਕਰ ਹੀ ਨਹੀਂ ਸਕਦਾ ਮੈਂ ਤੇ ਪਹਾੜੀ ਚੜ੍ਹ ਹੀ ਨਹੀਂ ਸਕਦਾ ਮੈਂ ਤੇ ਉੱਥੇ ਤੈਨ ਤੁਰ ਹੀ ਨਹੀਂ ਸਕਦਾ ਮੈਂ ਤੇ 50 ਡੰਡ ਕਾਢ ਹੀ ਨਹੀਂ ਸਕਦਾ ਮੈਂ ਤੇ 100 ਬੈਠਕਾਂ ਕਾਢ ਹੀ ਨਹੀਂ ਸਕਦਾ ਮੈਂ ਤੇ ਕਿਤਾਬ ਪੜ੍ਹ ਹੀ ਨਹੀਂ ਸਕਦਾ ਇਦਾਂ ਨਹੀਂ ਕਹਿਣਾ ਚਾਹੀਦਾ ਤੁਸੀਂ ਕਹੋ ਮੈਂ ਕਰ ਸਕਦਾ ਮੈਂ ਕਰਾਂਗਾ ਯੈਸ ਆਈ ਵਿਲ ਟ੍ਰਾਈ ਮੈਂ ਯਤਨ ਕਰਨਾ ਹੈ ਸਿਰ ਉੱਪਰ ਠਾਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਜਿਹੜੇ ਮਨੁੱਖ ਨੂੰ ਇਹ ਵਿਸ਼ਵਾਸ ਹੁੰਦਾ ਕਿ ਮੇਰੇ ਸਿਰ ਤੇ ਸੂਰਮਾ ਗੁਰੂ ਬੈਠਾ ਹੈ ਦੇ ਸਾਰੇ ਕਾਰਜੇ ਹੀ ਨਾਨਕ ਪੂਰੇ ਹੋ ਜਾਂਦੇ ਨੇ ਸੋ ਵੀ ਸ਼ੁਡ ਨਾਟ ਅੰਡਰਐਮੈਸ ਅੰਡਰਐਸਟੀਮੇਟ ਓਵਰ ਸੈਲਸ ਐਂਡ ਮੂਵ ਟੁਵਰਡਸ ਦੀ ਡੈਸਟੀਨੇਸ਼ਨ ਤੇ ਸਾਨੂੰ ਆਪਣੀ ਮੰਜ਼ਲ ਵੱਲ ਵਧਣਾ ਚਾਹੀਦਾ ਹੈ ਟੁਵਰਡਸ ਦਸ ਵੱਲ ਨੇ ਵੱਲ ਉਸ ਪਾਸੇ ਟੁਵਰਡਸ ਅ ਡੈਸਟੀਨੇਸ਼ਨ ਵਿਦਾਊਟ ਐਨੀ ਡਾਊਟਸ ਬਿਨਾ ਕਿਸੇ ਸ਼ਰਤ ਤੇ ਔਰ ਫੀਅਰਸ ਡਰਾਂ ਦੇ ਆਪਣੇ ਮਨ ਦੇ ਸੰਸੇ ਤੇ ਡਰ ਦੂਰ ਕਰਕੇ ਸਾਨੂੰ ਆਪਣੀ ਮੰਜ਼ਲ ਵੱਲ ਵਧਣਾ ਚਾਹੀਦਾ ਹੈ ਦਿਸ ਬਿਹੇਵੀਅਰ ਵਿਲ ਲੀਡ ਅਸ ਟੂ ਗ੍ਰੇਟਰ ਹਾਈਟਸ ਇਹ ਬਿਹੇਵੀਅਰ ਜਿਹੜਾ ਹੈ ਇਹ ਨਜ਼ਰੀਆ ਇਹ ਜ਼ਿੰਦਗੀ ਦਾ ਦ੍ਰਿਸ਼ਟੀਕੋਣ ਇਹ ਸਾਡਾ ਜਿਹੜਾ ਇੱਕ ਸੋਚ ਵਿਚਾਰ ਦਾ ਟਾਂਗੇ ਇਹ ਸਾਡਾ ਜੋ ਵਰਤਾਰਾ ਹੈ ਬਿਹੇਵੀਅਰ ਹੈ ਵਿਲ ਲੀਡ ਅਸ ਸਾਨੂੰ ਲੈ ਕੇ ਜਾਏਗਾ ਸਾਡੀ ਅਗਵਾਈ ਕਰੇਗਾ ਕਿੱਧਰ ਟੂ ਗ੍ਰੇਟਰ ਹਾਈਟਸ ਹੋਰ ਉੱਚੀਆਂ ਬੁਲੰਦੀਆਂ ਵੱਲ ਹੋਰ ਚੜਤ ਵੱਲ ਅਸੀਂ ਤਰੱਕੀ ਕਰਾਂਗੇ ਜੇ ਅਸੀਂ ਇਸ ਤਰ੍ਹਾਂ ਚੜ੍ਹਦੀ ਕਲਾ ਵਿੱਚ ਰਵਾਂਗੇ ਜੇ ਅਸੀਂ ਕਹਾਂਗੇ ਮੈਂ ਇਹ ਸਿੱਖਣਾ ਹੈ ਮੈਂ ਇਹ ਕਰਨਾ ਹੈ ਮੈਂ ਅੱਗੇ ਵਧਣਾ ਹੈ ਤੇ ਫਿਰ ਜੇ ਅਸੀਂ ਕਹਾਂਗੇ ਨਹੀਂ ਜੀ ਮੈਂ ਇਹ ਤਾਂ ਕਰ ਹੀ ਨਹੀਂ ਸਕਦਾ ਮੈਂ ਤੇ ਯਾਰ ਨੀਂਦ ਆ ਰਹੀ ਏ ਮੈਂ ਤੇ ਯਾਰ ਥੱਕਿਆ ਹੋਇਆ ਆ ਯਾਰ ਮੈਂ ਤੇ ਯਾਰ ਟੀਵੀ ਦੇਖਣਾ ਆ ਮੈਂ ਤੇ ਯਾਰ ਗੱਪਾਂ ਮਾਰਨੀਆਂ ਮੈਂ ਤੇ ਯਾਰ ਸੋਣਾ ਤੇ ਜਿਹੜੇ ਬੰਦੇ ਉਹ ਕਹਿੰਦੇ ਨਾ ਉਹ ਪੰਜਾਬੀ ਚ ਬੜਾ ਵਧੀਆ ਖਾਨ ਨੇ ਕਿ ਸੁੱਤਿਆਂ ਸੁੱਤਿਆਂ ਦੇ ਕੱਟੇ ਤੇ ਜਾਗਦਿਆਂ ਦੀਆਂ ਕਟੀਆਂ ਤਾਂ ਫਿਰ ਸੁੱਤਿਆਂ ਦੇ ਪੱਲੇ ਤੇ ਬੱਚਿਓ ਕੱਟੇ ਪੈਂਦੇ ਨੇ ਜਿਹੜੇ ਜਾਗਦੇ ਨੇ ਉਹ ਕਟੀਆਂ ਲੈ ਜਾਂਦੇ ਨੇ ਤੇ ਫਿਰ ਦੁੱਧ ਪੀਂਦੇ ਨੇ ਹਨਾ ਉਹ ਤਰਕੀਆਂ ਕਰਦੇ ਨੇ ਸੋ ਇਸ ਕਰਕੇ ਇਹ ਦੇਖੋ ਇਹ ਦੇਖੋ ਬੱਚਿਓ ਬੜੀ ਵਧੀਆ ਪੈਰਾਗ੍ਰਾਫਸ ਹੈਗੇ ਨੇ ਇਹਨਾਂ ਰਾਹੀਂ ਸਾਨੂੰ ਕੋਈ ਮੋਟੀਵੇਸ਼ਨ ਪ੍ਰੇਰਣਾ ਵੀ ਮਿਲਦੀ ਪਈ ਹੈ ਸਾਨੂੰ ਜ਼ਿੰਦਗੀ ਦੇ ਕੋਈ ਸਬਕ ਵੀ ਸਿੱਖਣ ਨੂੰ ਮਿਲ ਰਹੇ ਨੇ ਤੇ ਨਾਲ ਦੇ ਨਾਲ ਅਸੀਂ ਪ੍ਰੀਪੋਜੀਸ਼ਨਸ ਦੀ ਗੱਲਾਂ ਵੀ ਕਰੀ ਜਾ ਰਹੇ ਹਾਂ ਸੋ ਇੱਕ ਪੰਥ ਦੋ ਪਾਜ ਵੀ ਆਰ ਕਿਲਿੰਗ ਟੂ ਵਰਡਸ ਵਿਦ ਵਨ ਸਟੋਨ ਨਾਲੇ ਪੁੱਨ ਨਾਲੇ ਫਲੀਆਂ ਸੋ ਪਿਆਰੇ ਵਿਦਿਆਰਥੀਓ ਐਸੀ ਤੁਹਾਡੀਆਂ ਤਿੰਨ ਐਕਸਰਸਾਈਜ਼ਸ ਤੇ ਤੁਸੀਂ ਇਸੇ ਤਰ੍ਹਾਂ ਮਨ ਲਾ ਕੇ ਨੇਮ ਦੇ ਨਾਲ ਲਗਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਰੱਬ ਰੱਖਾ ਥੈਂਕ ਯੂ ਵੈਰੀ ਮਚ